तलवंडी भाई फिरोजपुर रोड से स्थित पिंड हकूमत सिंहवाला विखे स्थित सुखबीर एग्रो एनर्जी पावर प्लांट वालों पिंड कालीएवाला नेड़े रखे गए पराली के भंडार च अज दोपहर समय अचानक अग लग गई। कुछ ही पलों में अग ने वड्डी मात्रा में पई हुई पराली नूं अपनी लपेट में लै लिया। इस दौरान ट्रैक्टर के नाल दो ट्रालियां भी सड़ के सवाह होने की खबर मिली है। झोने की पराली नूं ईंधन वजों वरत के बिजली तैयार करने वाले उक्त प्लांट वालों इलाके के अंदर वड्डे पद्धर से पराली के भंडार इकट्ठे किए गए हैं। अज अग लगन की घटना वापरन वाला पराली भंडार भी प्लांट तो कुछ ही दूरी से स्थित सी। घटना उपरंत वख-वख शहरां तो फायर ब्रिगेड दी गड्डियां बुलाईयां गईयां। इत्थे दसण योग है कि उक्त पावर प्लांट अंदर बीते 12 अप्रैल नूं भी पराली के पहाड़ नुमा ढेर नूं अग लग गई सी। हाँ जी, अज जिहड़ी आ इह अग लगी आ की कारण रिहा है? सर जी, तारां दे कारण लगी आ लाइट दे। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤਾਂ ਬਹੁਤ ਹੋ ਗਿਆ, ਇਹ ਬਹੁਤ ਸਟੈਕ ਸੜ ਗਏ ਆ, ਦੋ ਟਰਾਲੇ ਵਿੱਚ ਸੜ ਗਏ ਆ, ਟਰੈਕਟਰ ਬਚਾਲੇ ਆ, ਟਰਾਲੇ ਸੜ ਗਏ ਆ, ਬਹੁਤ ਮੁਸ਼ਕਲ ਨਾਲ ਟਰਾਲੇ ਬਚਾਏ ਆ। ਇਹਨਾਂ ਦਾ ਨਾ ਸਿਸਟਮ ਹੋਣ ਕਰਕੇ ਸਾਰਾ ਕਾਰਨ ਹੁੰਦੇ ਆ। 12 ਅਪ੍ਰੈਲ ਨੂੰ ਪਹਿਲਾਂ ਪਲਾਂਟ ਦੇ ਜਮਾਂ ਨਾਲ ਅੱਗ ਲੱਗੀ ਸੀਗੀ, ਜਿਹਦੇ ਵਿੱਚ ਇੱਕ ਮੇਰਾ ਟਰੈਕਟਰ ਟਰਾਲਾ ਅਤੇ ਇੱਕ ਘੱਲਾ ਤੋਂ ਟਰਾਲਾ ਸੜ ਗਿਆ। ਹਜੇ ਤੱਕ ਨਾ ਸਾਨੂੰ ਉਹਦਾ ਕੁਛ ਮਿਲਿਆ। ਉਹ ਮੇਰੇ ਕੋਲ ਕਿਰਾਏ 'ਤੇ ਸੀ, 30,000 ਰੁਪਇਆ ਕਿਰਾਇਆ। ਮੈਨੂੰ ਖੜ੍ਹੇ ਦਾ ਸੜੇ ਪਏ ਦਾ ਉਹਦਾ ਪਈ ਜਾਂਦਾ, ਜਦੋਂ ਮੈਂ ਪੁੱਛਦਾ ਉਦੋਂ ਕਹਿ ਦਿੰਦੇ 2 ਦਿਨ ਮੈਂ ਹੋ ਜਾਊਗਾ, 2 ਦਿਨ ਮੈਂ ਹੋ ਜਾਊਗਾ। ਅਜੇ ਤੱਕ ਉਹਨਾਂ ਨੇ ਮੈਨੂੰ ਕੁਛ ਨਹੀਂ ਦਿੱਤਾ। ਮੈਂ ਦੁਬਾਰਾ ਇੱਕ ਟਰੈਕਟਰ ਟਰਾਲਾ ਕਿਰਾਏ 'ਤੇ ਲੈ ਕੇ ਉਹਦੇ ਰੋਟੀ ਦਾ ਰੁਜ਼ਗਾਰ ਤੋਰਨ ਮਾਰੇ ਨੇ, ਦੁਬਾਰਾ ਲਿਆ ਟਰੈਕਟਰ ਟਰਾਲਾ, ਅੱਜ ਟਰਾਲਾ ਫਿਰ ਇੱਥੇ ਮੱਚ ਗਿਆ। ਦੱਸੋ ਵੀ ਜਦੋਂ ਇਹਨਾਂ ਦਾ ਕੋਈ ਸਿਸਟਮ ਹੀ ਨਹੀਂ ਸਹੀ ਹੈਗਾ ਅੱਗ ਬੁਝਾਉਣ ਦਾ, ਪਾਣੀ ਦਾ ਕੋਈ ਲੈਣ ਦੇਣ ਹੈ ਨਹੀਂ, ਅਤੇ ਆਪਦਾ ਬੰਦ ਕਰ ਦੇਣ ਜਗਾੜ, ਸਾਡੇ ਕਿਉਂ ਨੁਕਸਾਨ ਕਰਾਉਂਦੇ? ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ? ਮੰਗ ਕਰਦੇ ਹਾਂ ਵੀ ਸਾਡਾ ਜਿਹੜਾ ਨੁਕਸਾਨ ਹੋਇਆ ਉਹਦਾ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।